ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਵਰਦੀ ਪਾ ਕੇ ਐਕਟਿਵਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਕੂਟੀ ਦੇ ਉੱਤੇ ਦੋ ਸ਼ਖਸ ਆਉਂਦੇ ਨੇ, ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੇ ਵੱਲੋਂ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਹੈ ਤੇ ਜੋ ਪਿੱਛੇ ਬੈਠਾ ਸ਼ਖਸ ਹੈ ਉਹ ਸੜਕ ਦੇ ਉੱਤੇ ਜੋ ਸਕੂਟੀ ਖੜੀ ਹੈ ਉਸਨੂੰ ਚੋਰੀ ਕਰ ਲੈਂਦਾ। ਸਕੂਟੀ ਜਦੋਂ ਸਟਾਰਟ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਦੂਸਰੀ ਸਕੂਟੀ ਦੇ ਨਾਲ ਉਸਨੂੰ ਧੱਕਾ ਲਾ ਕੇ ਆਪਣੇ ਨਾਲ ਲੈ ਜਾਂਦੇ ਨੇ ਤੇ ਸਾਰੀ ਹੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਦੂਜੇ ਪਾਸੇ ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਵਿਭਾਗ ਹਰਕਤ ਦੇ ਵਿੱਚ ਆਉਂਦਾ ਹੈ ਤੇ ਇਸ ਪੁਲਿਸ ਮੁਲਾਜ਼ਮ ਦੀ ਪਹਿਚਾਣ ਕੀਤੀ ਜਾਂਦੀ ਹੈ। ਦਰਅਸਲ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਪਿਛਲੇ ਇੱਕ ਮਹੀਨੇ ਤੋਂ ਐਬਸੈਂਟ ਦੱਸਿਆ ਜਾ ਰਿਹਾ ਤੇ ਹੁਣ ਜਿਵੇਂ ਹੀ ਇਸ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਤਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਾਇਰਲ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਸ਼ਖਸ ਦੇ ਨਾਲ ਮਿਲ ਕੇ ਇੱਕ ਐਕਟਿਵਾ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਦੋਵੇਂ ਹੀ ਆਪਣੀ ਐਕਟਿਵਾ ਦੇ ਉੱਤੇ ਆਏ ਸੀ ਤੇ ਨਾਲ ਹੀ ਸੜਕ ਦੇ ਉੱਤੇ ਜੋ ਐਕਟਿਵਾ ਖੜੀ ਸੀ ਉਸਨੂੰ ਚੋਰੀ ਕਰਨ ਦੇ ਇਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ। ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਐਕਟਿਵਾ ਚੋਰੀ ਕੀਤਾ ਜਾ ਰਿਹਾ, ਜਿਹਦੇ ਵਿੱਚੋਂ ਇੱਕ ਅਕਿਊਜ਼ਡ ਨੇ ਜਿਹੜੀ ਪੁਲਿਸ ਯੂਨੀਫਾਰਮ ਪਾਈ ਹੋਈ ਹੈ, ਜਿਸ ਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਮਿਲਣ 'ਤੇ ਇਮੀਡੀਏਟਲੀ ਟੀਮਸ ਫੋਰਮ ਕੀਤੀਆਂ ਗਈਆਂ ਸੀਗੀਆਂ, ਜਿਨ੍ਹਾਂ ਨੇ ਦੋਨੋਂ ਜਿਹੜੇ ਅਕਿਊਜ਼ ਹੈਗੇ ਆ ਉਹਨਾਂ ਨੂੰ ਵੈਰੀਫਾਈ ਕਰ ਲਿਆ ਹੈਗਾ। ਜਿਹਦੇ ਵਿੱਚੋਂ ਇੱਕ ਅਕਿਊਜ਼ਡ ਹੈਗਾ ਉਹ ਇੱਕ ਪੁਲਿਸ ਮੁਲਾਜ਼ਮ ਹੈ ਜੋ ਕਿ ਤਕਰੀਬਨ ਇੱਕ ਮਹੀਨੇ ਤੋਂ ਐਬਸੈਂਟ ਚੱਲਿਆ ਆ ਰਿਹਾ ਸੀਗਾ, ਜੋ ਬੜੇ ਹੀ ਸ਼ੋਰਟ ਟਾਈਮ ਦੇ ਵਿੱਚ ਜਲੰਧਰ ਪੁਲਿਸ ਨੇ ਦੋਨੋਂ ਹੀ ਅਕਿਊਜ਼ਡ ਨੂੰ ਐਪਰੀਹੈਂਡ ਕਰ ਲਿਆ ਹੈਗਾ, ਜਿਨ੍ਹਾਂ ਦੇ ਖਿਲਾਫ ਰੈਲੀਵੈਂਟ ਸੈਕਸ਼ਨਸ ਆਫ BNS ਦੇ ਅਕੋਰਡਿੰਗ ਅਸੀਂ ਕਾਰਵਾਈ ਅਮਲ ਦੇ ਵਿੱਚ ਲਿਆਵਾਂਗੇ। ਥੈਂਕ ਯੂ। ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਵਰਦੀ ਪਾ ਕੇ ਐਕਟਿਵਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਕੂਟੀ ਦੇ ਉੱਤੇ ਦੋ ਸ਼ਖਸ ਆਉਂਦੇ ਨੇ, ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੇ ਵੱਲੋਂ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਹੈ ਤੇ ਜੋ ਪਿੱਛੇ ਬੈਠਾ ਸ਼ਖਸ ਹੈ ਉਹ ਸੜਕ ਦੇ ਉੱਤੇ ਜੋ ਸਕੂਟੀ ਖੜੀ ਹੈ ਉਸਨੂੰ ਚੋਰੀ ਕਰ ਲੈਂਦਾ ਹੈ। ਸਕੂਟੀ ਜਦੋਂ ਸਟਾਰਟ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਦੂਸਰੀ ਸਕੂਟੀ ਦੇ ਨਾਲ ਉਸਨੂੰ ਧੱਕਾ ਲਾ ਕੇ ਆਪਣੇ ਨਾਲ ਲੈ ਜਾਂਦੇ ਨੇ ਤੇ ਸਾਰੀ ਹੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਦੂਜੇ ਪਾਸੇ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਵਿਭਾਗ ਹਰਕਤ ਦੇ ਵਿੱਚ ਆਉਂਦਾ ਹੈ ਤੇ ਇਸ ਪੁਲਿਸ ਮੁਲਾਜ਼ਮ ਦੀ ਪਹਿਚਾਣ ਕੀਤੀ ਜਾਂਦੀ ਹੈ। ਦਰਅਸਲ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਪਿਛਲੇ ਇੱਕ ਮਹੀਨੇ ਤੋਂ ਐਬਸੈਂਟ ਦੱਸਿਆ ਜਾ ਰਿਹਾ ਤੇ ਹੁਣ ਜਿਵੇਂ ਹੀ ਇਸ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਤਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਾਇਰਲ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਸ਼ਖਸ ਦੇ ਨਾਲ ਮਿਲ ਕੇ ਇੱਕ ਐਕਟਿਵਾ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਦੋਵੇਂ ਹੀ ਆਪਣੀ ਐਕਟਿਵਾ ਦੇ ਉੱਤੇ ਆਏ ਸੀ ਤੇ ਨਾਲ ਹੀ ਸੜਕ ਦੇ ਉੱਤੇ ਜੋ ਐਕਟਿਵਾ ਖੜੀ ਸੀ ਉਸਨੂੰ ਚੋਰੀ ਕਰਨ ਦੇ ਇਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ। ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਐਕਟਿਵਾ ਚੋਰੀ ਕੀਤਾ ਜਾ ਰਿਹਾ, ਜਿਹਦੇ ਵਿੱਚੋਂ ਇੱਕ ਅਕਿਊਜ਼ਡ ਨੇ ਜਿਹੜੀ ਪੁਲਿਸ ਯੂਨੀਫਾਰਮ ਪਾਈ ਹੋਈ ਹੈ, ਜਿਸ ਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਮਿਲਣ 'ਤੇ ਇਮੀਡੀਏਟਲੀ ਟੀਮਸ ਫੋਰਮ ਕੀਤੀਆਂ ਗਈਆਂ ਸੀਗੀਆਂ, ਜਿਨ੍ਹਾਂ ਨੇ ਦੋਨੋਂ ਜਿਹੜੇ ਅਕਿਊਜ਼ ਹੈਗੇ ਆ ਉਹਨਾਂ ਨੂੰ ਵੈਰੀਫਾਈ ਕਰ ਲਿਆ ਹੈਗਾ। ਜਿਹਦੇ ਵਿੱਚੋਂ ਇੱਕ ਅਕਿਊਜ਼ਡ ਹੈਗਾ ਉਹ ਇੱਕ ਪੁਲਿਸ ਮੁਲਾਜ਼ਮ ਹੈ ਜੋ ਕਿ ਤਕਰੀਬਨ ਇੱਕ ਮਹੀਨੇ ਤੋਂ ਐਬਸੈਂਟ ਚੱਲਿਆ ਆ ਰਿਹਾ ਸੀਗਾ, ਜੋ ਬੜੇ ਹੀ ਸ਼ੋਰਟ ਟਾਈਮ ਦੇ ਵਿੱਚ ਜਲੰਧਰ ਪੁਲਿਸ ਨੇ ਦੋਨੋਂ ਹੀ ਅਕਿਊਜ਼ਡ ਨੂੰ ਐਪਰੀਹੈਂਡ ਕਰ ਲਿਆ ਹੈਗਾ, ਜਿਨ੍ਹਾਂ ਦੇ ਖਿਲਾਫ ਰੈਲੀਵੈਂਟ ਸੈਕਸ਼ਨਸ ਆਫ BNS ਦੇ ਅਕੋਰਡਿੰਗ
ਅਸੀਂ ਕਾਰਵਾਈ ਅਮਲ ਦੇ ਵਿੱਚ ਲਿਆਵਾਂਗੇ। ਥੈਂਕ ਯੂ।